ਸਾਸਰੀ ਗਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ 파ਰਮਜੀਤ ਲਾਡਾ ਲਾਡਾ ਡਿਸਕਸ ਹੈ ਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਕਰ ਰਿਆ ਨਿੱਗਾ ਸਵਾਗਤ ਅੱਜ ਹੋ ਗਈ 5 ਤਰੀਕ ਜੁਲਾਈ ਕਾ ਮਹੀਨਾ 2021 ਚੱਲ ਰਿਹਾ ਹਰ ਸੋਮਵਾਰ ਕਾ ਦਿਨ ਹਰ ਬੜੀਆਂ ਖਬਰਾਂ ਕੇ ਉੱਪਰ ਜਾਣ ਤੇ ਪਹਿਲਾਂ ਥਾਰੇ ਗੱਲ ਇੱਕ ਗੱਲ ਕਰ ਰਿਆ ਮੈਂ ਬਾਈ ਕੇਜਰੀਵਾਲ ਜਿੱਦਣ ਕਾ 300 ਜੁੰਟਾ ਆ ਲਾਇਓ ਕਹਿ ਕਾ ਗਿਆ ਉਦਣ ਦਾ ਕਾਲੀਦਾਲ ਵਾਲੇ ਯੋ ਲੋਕਾਂ ਕੇ ਝੋਨੇਵਾਂ ਤੁਰੇ ਫਿਰ ਰਹੇ ਹਰ ਰੇਤ ਕੀ ਖੱਡਾਂ માં ਬੜੇ ਫਿਰਰੇ ਹਰ ਕੈਪਟਨ ਅਮਰਿੰਦਰ ਸਿੰਘ ਔਰ ਸਿੱਧੂ ਯੋ ਲੜਾਈ ਨੂੰ ਭੁੱਲ ਗਾਈ ਵੋ ਯੋ ਲੈਟ ਵਾਲੀ ਰਾਜਨੀਤੀ ਕਰਨ ਲੱਗ ਗਏ ਹਰ ਚਲੋ ਬਾਕੀ ਤੋਂ ਕੁਝ ਠਿਰ ਹੈ ਨਹੀਂ ਬੀਜੇਪੀ ਵਾਲੇ ਦੇ ਵਿਚਾਰੇ ਹਾਲੇ ਵੀ ਕਿਸਾਨਾਂ ਨਾਲ ਜੂਝ ਰਹੇ ਕਿਉਂਕਿ ਕਿਸਾਨ ਇਹਨਾਂ ਨੂੰ ਘਰ ਤੇ ਬਾਹਰ ਨਹੀਂ ਆਣ ਦਿੰਦੇ ਜਾਂ ਫਿਰ ਧਰਨੇ ਹੋਵਾਂ ਪਰ ਉੱਥੈ ਕਾਂਗਰਸ ਕਹੇ ਰੇ ਬਈ 300 ਜੂਨਟਾ ਯੋ ਵੀ ਕਹ ਰੇ ਆਪਾਂ ਦਮਾਂਗੇ ਬਿਜਲੀ ਵਾ ਵੀ ਫਰੀਕ ਆਰ ਬੀਲ ਵੀ ਕਹੇ ਹੋ ਸਕਾ ਮਤਲਬ 2 ਰੁਪਏ ਤੇ ਯੋ 5 ਰੁਪਏ ਜੁੰਟ ਮਤਲਬ ਲਾਈਟ ਵੀ ਕਰੇ ਸਸਤੀ ਕਰ ਦੇਗੇ 300 ਜੁੰਟ ਵੀ ਦੇ ਦੇਗੇ ਆਰ ਸਿੱਧੂ ਨੇ ਕੈਪਟਨ ਮਰੀਂਦਰ ਸਿੰਘ ਨੂੰ ਯੋ ਦਈ ਸਲਾਹ ਇਹ ਸਲਾਹ ਦੇਣੀ ਸ਼ੁਰੂ ਕਰਤੀ ਆਰ ਉਧਰ ਕੈਪਟਨ ਕੀ ਬਾਤ ਕਰਾਂ ਬਿਰਜੇ ਇਬ ਕੈਪਟਨ ਤੋਂ ਕਹਿ ਲਿਓ ਵੀਰ ਇਸਕਾ ਤੋਂ ਬਾਅਦ ਜਵਾਕ ਵਾਲਾ ਹਾਲ ਹੋ ਰਿਹਾ ਕੈਪਟਨ ਮਰੀਂਦਰ ਸਿੰਘ ਦਾ ਭਾਈ ਜਿਹੜਾ ਸਾਰਾ ਸਾਲ ਤੋਂ ਪੜਿਆ ਨਹੀਂ ਅਰ ਪੇਪਰਾਂ ਤੇ ਇੱਕ ਹਫਤਾ ਪਹਿਲਾਂ ਪੜ੍ਹ ਕਾ ਇਬ ਪਾਸ ਹੋਣੇ ਕੇ ਸੁਪਨੇ ਦੇਖਣ ਲੱਗ ਗਿਆ ਵੀ ਆਪਾਂ ਤੋਂ ਪਾਸ ਹੋ ਜਾਂਗੇ ਇਬ ਜੋ ਗੱਲ ਬਣ ਗਈ ਕੈਪਟਨ ਮਰੀਂਦਰ ਸਿੰਘ ਆ ਕਿਉਂਕਿ ਵੀਰਾ ਇਹ ਬੜੀ ਮੁਸ਼ਕਲ ਜਿਹੜੀ ਇਹ ਖੜੀ ਹੋ ਗਈ ਬਾ ਬੜੀ ਮੁਸ਼ਕਲ ਕੀ ਜਿੱਥਾਪਾ ਬਾਤ ਕਰ ਰਹੇ ਇਹ ਕਹੇ ਵੀ ਇਹ ਜਿੱਥਾ ਦੋਹਾਂ ਕੀ ਆਪਸੀ ਲੜਾਈ আর ਬੜਾ ਮਤਭੇਦ ਉੱਥਾ ਹੀ ਵੀਰ ਕਹਿ ਲਿਓ ਵੀ ਇਹਨਾਂ ਨੇ ਇਹ ਨਕਲ ਮਾਰਨੇ ਵਾਲਾ ਕੰਮ ਸ਼ੁਰੂ ਕਰ ਲਿਆ ਕਿਉਂਕਿ ਇਹ ਨਕਲ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇਹ ਜਿਹੜਾ ਨਕਲ ਇਹ ਨਕਲ ਮਾਰੀ ਕੈਪਟਨ ਮਰੀਂਦਰ ਸਿੰਘ ਨੇ ਕਿਸ ਕੀ ਬਾਤ ਦੀ ਨਕਲ ਮਾਰੀ ਯੋ ਨਕਲ ਮਾਰੀ ਕੇਜਰੀਵਾਲ ਕੀ ਬਾਤ ਕੀ ਇਹ ਕੇਜਰੀਵਾਲ ਕੀ ਬਾਤ ਕੀ ਯੋ ਨਕਲ ਬੱਜੀ ਵੀ ਯਾਰ ਵੀਰ ਯੋ ਕਹਿ ਲੋ ਵੀਰ ਸਾਢੇ 4 ਸਾਲ ਸਾਢੇ 4 ਸਾਲ ਵੀਰ ਪੰਜਾਬ ਕੇ ਵਿੱਚ ਮਾ ਜੋ ਲੁੱਟਕ ਸੁੱਟ ਹੋਈ ਕਿਆ ਮਿਲਿਆ ਲੋਕਾਂ ਨੂੰ ਯੋ ਸਭ ਚੰਗੀ ਤਰ੍ਹਾਂ ਜਾਣਾਂ ਕਿਸ ਨੂੰ ਕਿਆ ਮਿਲਿਆ ਯੋ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਵੀਰ ਸਾਢੇ 4 ਸਾਲ ਕੇ ਵਿੱਚ ਮਾ ਜੱਤ ਤੋਂ ਇਹਨਾਂ ਨੂੰ ਸੁੱਜਿਆਂ ਨੇ ਵੀ ਕੁਝ ਫਰੀ ਦੇਣਾ ਈ ਬੀਰ ਯੋ ਕਾਰੇ ਕਾ ਹੈ ਫਰੀਦ ਅਮੇਂਗੀ ਹੈ ਅਰ ਜੇ ਫਰੀਏ ਲੈਣੀ ਵੀਰ ਫਿਰ ਬਿਓ ਤੋ ਲੋਕ ਕਹਰੇ ਕਾ ਫਿਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੌਕਾ ਦੇ ਦਿਆਂ ਵੀ ਜੇ ਚਲੋ ਸਾਢੇ 4 ਸਾਲਾਂ ਮਾਂ ਤੋਂ ਰਾਜੇ ਨੂੰ ਸੁਝਿਆ ਨਹੀਂ ਈਬ ਰਾਜਾ ਕਹ ਰਿਆ ਹਾਂ ਵੀ ਦੇ ਦੇਂਗੇ ਕਹਾ ਵੀ 4 ਯੋ 3 300 ਜੂਨਟਾ ਅਰ ਸਾਢੇ 4 ਸਾਲ ਬਾਅਦ ਯੋ ਕਿਹਾ ਹੀ ਨਾ ਨੇ ਹੈ ਈਬ ਮਨ ਨੂੰ ਨਿਊ ਲੱਗ ਰਿਹਾ ਵੀ ਸਿੱਧੂ ਰੌਲਾ ਪਾ ਰਿਆ ਯੋ ਪ੍ਰਸਾਦ ਕਸੋਰ ਦਾ ਦਿਮਾਗ ਹੋ ਰਿਹਾ ਉਸਕੇ ਦਿਮਾਗ ਗਲਚ ਰਿਹਾ ਬਿਜਲੀ ਇੱਕ ਵਾਰ ਸਸਤੀ ਕਰ ਦੇ ਅਰ ਸਮਝੋ ਤੇ ਰੱਦ ਕਰ ਦੇ ਸਿੱਧੂ ਕੀ ਹੋ ਜੇਗੀ ਬੱਲੇ ਬੱਲੇ ਹਰ ਕਾਂਗਰਸ ਕੀ ਇਹ ਕਾ ਵੀ ਇਹ ਕਾਂਗਰਸ ਕੀ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਹੀ ਕਹਿਣ ਲੱਗ ਜਗੇ ਇਹ ਮਤਲਬ ਜਿੱਤਰਾ 2017 ਮਾ ਵੋਟਾਂ ਮਿਲਿਆ ਇਸ ਤਰ੍ਹਾਂ 2012 ਮਾ ਵੀ ਇਹ ਚਾਹ ਚਾਹਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਆਲਾ ਨਾਰਾ ਲੈ ਕੇ ਚੱਲਣੇ ਦੀ ਤਿਆਰੀ ਦੇ ਵਿੱਚ ਸਰਕਾਰ ਨੂੰ ਕਹੇ ਵੋਟਾਂ ਪੈ ਜੰਗੇ ਆ ਪਰ ਮੰਨੂ ਨਿਉ ਲੱਗ ਰਿਹਾ ਵੀ ਲੋਕ ਈਬ ਥੋੜੇ ਜਿਹਾ ਸਿਆਣੇ ਹੋ ਗਏ ਵੀਰ ਮੰਨਣਾ ਪਵੇਗਾ। ਬਾ ਇਸ ਕਰਕੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾ ਗੁਟਕਾ ਸਭ ਹੱਥ માં ਫੜਕਾ ਸੌਂ ਖਾਈ ਦੀ। ਈਬ ਜਿਸ ਬੰਦੇ ਨੇ ਗੁਟਕਾ ਸਭ ਹੱਥ માં ਫੜਕਾ ਸੌਂ ਖਾਈ ਈਬ ਵਾ ਬੰਦੇ ਤੇ ਲੋਕ ਕੀ ਉਮੀਦ ਰੱਖਣਗੇ? रखेंगे को कोई उम्मीद उत्था कह रहा था नशा खत्म कर देंगा कह रहा मैं लक तोड़ने की बात करी थी ईब जो कालू राजे ने कहा मैं तो तीन सौ जूनट जूनट कही थी मतलब चार रुपये तो पांच रुपये देने की बात करी थी फ्री वाली तो बात नहीं करी थी कुछ होर अखाण पात फिर क्या करेंगे दस है ई भी साढ़े चार साल में किसी ने क्या कर लिया है ਇਓ ਇਨਾਂ ਨੂੰ ਈ ਵੀ ਆਤਾ ਗਿਆ ਵੀ ਸਾਢੇ 4 ਸਾਲ ਲੋਕਾਂ ਦਾ ਧੂਆਂ ਕੱਢਗਾ ਸਭ ਤੋਂ ਮਹਿੰਗੇ ਭਾ ਕੀ ਥੰਮ ਲਾਈਟ ਵੇਚ ਕਾ ਈਬ ਜਦ ਲਾਈਟ ਕਾ ਮਸਲਾ ਆਇਆ ਫਿਰ ਬਾਪੂ ਬਾਦਲਰ ਬਾਪੂ ਬਾਦਲ ਕਾ ਛੋਕਰਾ ਇਨਾਂ ਨੂੰ ਲਾਗੇ ਭੰਡਣ ਥੰਮ ਇਨਾਂ ਨੇ ਕਰੇਵੇ ਗਰੀਮੈਂਟ ਇਨਾਂ ਨੇ ਕਰੇਵੇ ਐਗਰੀਮੈਂਟ ਵੀ ਜੇ ਇਨਾਂ ਨੇ ਐਗਰੀਮੈਂਟ ਕਰੇਵੇ ਵੇ ਥਾਰੇ ਦੇ ਕੈਨਸਲ ਨਹੀਂ ਹੋਈ ਈਬ ਕਿਤਰਾ ਕੈਨਸਲ ਹੋ ਜੈਗੇ ਥਾਰੇ ਯੋ ਕੈਲੋ ਬਿਰ ਕੇਜਰੀਵਾਲ ਦਾ ਬਾਰ ਝੱਲਣਾ ਇਨਕੇ ਬਸਮਾ ਹੈ ਨਹੀਂ ਕੇਜਰੀਵਾਲ ਨੇ ਜੋ ਕਰਿਆ ਸੀਰਾ ਕਰਿਆ ਯੋ ਬਾਤ ਮੰਨਣੀ ਪਵੇਗੀ ਆਰ ਸਭ ਤੋਂ ਵੱਡੀ ਬਾਤ ਕੇਜਰੀਵਾਲ ਨੇ ਪੰਜਾਬ ਵਾਲਿਆਂ ਨੂੰ 300 ਜੂਨਟ ਯੋ ਕਾ ਬਿਨਾ ਜਾਤ ਪਾਤ ਦੇ ਉੱਪਰ ਉੱਠਕਾ ਦੇਣੇ ਦੀ ਬਾਤ ਕਰੀ ਆਰ ਕਾਂਗਰਸ ਕੋਲ ਇੱਕ ਬੜਾ ਬਹਾਨਾ ਕਾਂਗਰਸ ਕੋਲ ਬਹਾਨਾ ਕਰੋਨੇ ਦਾ ਆਰ ਕਰੋਨੇ ਦਾ ਬਹਾਨਾ ਲਾ ਕੇ ਇਹਨਾਂ ਨੇ ਜਦ ਵੀ ਯੋ ਕੋਈ ਬਾਤ ਕਿਸੇ ਨੂੰ ਨਹੀਂ ਦੇਣਾ ਜਦ ਉਸ ਕਹਾ ਹੈ ਬੱਸ ਕਰੋਨਾ ਜੀ ਕਰੋਨਾ 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 ਯੋ ਬਾਤ ਹੋ ਗਈ ਚਲੋ ਘਰ ਕਿਸਾਨ ਅੰਦੋਲਨ ਦੇ ਪਾਸੇ ਚਲਾ ਕਿਸਾਨ ਅੰਦੋਲਨ ਦੇ ਵਿਚমা ਵਾਟਰ ਕੈਨਨ ਬੰਦ ਕਰਨ ਵਾਲਾ ਨਵਦੀਪ ਇਹਨਾਂ ਨੇ ਇਸ ਨੂੰ ਕਿਸਾਨ ਯੂਨੀਅਨ ਨੇ ਕੱਟਿਆ ਯੋ ਇੱਕ ਅਖਬਾਰ ਵਾਲਿਆਂ ਨੇ ਟਾਈਟਲ ਗੋਦੀ ਮੀਡੀਆ ਦਾ ਅਖਬਾਰ ਇਹਨਾਂ ਨੇ ਟਾਈਟਲ ਨਿਊਜ਼ ਬਣਾ ਕੇ ਪਾਈ ਵੀ ਆਰ ਮੰਨੂ ਯੋ ਨਹੀਂ ਸਮਝ ਮੰਨਦੀ ਵੀ ਉਹ ਹਾਲੇ ਵੀ ਨਹੀਂ ਟਿਕਦੇ ਗੋਦੀ ਮੀਡੀਆ ਵਾਲੇ ਯੋ ਬਾਹਰ ਨਹੀਂ ਕਰਿਆ ਸਸਪੈਂਡ ਕਰਿਆ ਅਰ ਪਹਿਲਾਂ ਵੀ ਕਈ ਆਗੂ ਸਸਪੈਂਡ ਕਰੇ ਸੰਕੂਤ ਕਿਸਾਨ ਮੋਰਚੇ ਦੀ ਬਾਤ ਕਰਾਂ ਉਸ ਦਾ ਫੈਸਲਾ ਮੰਨ ਦੇ ਸਾਰੇ ਮੰਨਾਂ ਚਾਹੇ ਗਰਨਾਮ ਚੁੜੂਨੀ ਦੀ ਬਾਤ ਕਰ ਲਿਓ ਛੇ ਡੱਲੇਵਾਲ ਸਾਹਿਬ ਦੀ ਬਾਤ ਕਰ ਲਿਓ ਕਾਮਰੜ ਜਿੰਦਰ ਦੀ ਬਾਤ ਕਰ ਲਿਓ ਨਵਦੀਪ ਦੀ ਬਾਤ ਕਰ ਲਿਓ ਯੋ ਕਹ ਲੋ ਮੋਰਚੇ ਨੂੰ ਢਾਹ ਲਾਣੇ ਗਿਆ ਖਬਰਾਂ ਯੋ ਲਾਣ ਤੇ ਹਣਦੇ ਦੀ ਚੈਨਲ ਵਾਲੇ ਚਲੋ ਖੈਰ ਦੇਖੋ 2-4 ਦਿਨ ਮਾ ਯੋ ਕਾ ਵੀ ਫੇਰ ਬਾਈ ਕੰਮ ਹੋ ਜਾਏਗਾ ਪਰ ਇਹੋ ਬਾਤ ਪੱਕੀ ਵੀ ਪੰਜਾਬ ਵਾਲਿਆਂ ਮਾਫੀ ਇਕਤਾ ਹੈ ਨਹੀਂ ਬਾਤ ਜਿੰਨੀ ਜਿੰਨੀ ਹਰਿਆਣੇ ਵਾਲੇ ਮਾ ਹੈ ਜੇ ਹੁੰਦੀ ਵੀ ਤੱਕ ਤੋ ਕਦਾ ਯੋਗਾ ਝੰਡਾ ਖੜਾ ਕਰ ਦਿੰਦੇ ਉੱਠਾ ਹਰ ਬਾਕੀ ਲੋਕਾਂ ਕੀ ਆਪਣੀ ਆਪਣੀ ਸੋਚ ਸਮਝ ਹਰ ਕਈ ਬੰਦੇ ਯੋ ਨਵਦੀਪ ਨੂੰ ਬਾਹਰ ਕਰਨੇ ਤੇ ਖੁਸ਼ ਵੀ ਹਰ ਕਈਆਂ ਦਾ ਯੋ ਵੀ ਮੰਨਣਾ ਵੀ ਚਲੋ ਵਧੀਆ ਹੋ ਗਿਆ ਕਹਾ ਇਸ ਕੀ ਹਵਾ ਵੀ ਕਹਿ ਬਹੁਤ ਸ਼ੋਗਰੇ ਕੀ ਖਰਾਬੀ ਕੇਸਰੀ ਨਿਸ਼ਾਨ ਝੰਡੇ ਤੋਂ ਕਹਾ ਇਸ ਇਸ ਨੂੰ ਵੀ ਮਿਰਚਾ ਬਹੁਤ ਲੱਗੇ ਕਰਤੀਆਂ ਇਤਰਾਹੀਆਂ ਬਾਤਾਂ ਇਹੋ ਜਿਹੜੀਆਂ ਆ ਮਤਲਬ ਇਹੋ ਕਿਸਾਨੀ ਅੰਦੋਲਨ ਦੇ ਬਾਜ਼ਾਰ ਮਾ ਸਰਗਰਮ ਪੂਰੀਆਂ ਆ ਰੁੱਦਰ ਇਹ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਾਇਆ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਬੜੀ ਜ਼ਿੰਮੇਵਾਰੀ ਦੇਣ ਵਾਸਤਾ ਸਹਿਮਤ ਹੋ ਗਏ ਆ ਇਹ ਸਹਿਮਤੀ ਪ੍ਰਗਟ ਕਰਤੀ ਆਰ ਅਗਲੇ ਹਫ਼ਤੇ ਕਹੇ ਕੋਈ ਬੜਾ ਐਲਾਨ ਹੋ ਸਕਾ ਹਰ ਕੈਪਟਨ ਸਾਹਿਬ ਇਹ ਕਹੇ ਮੰਨ ਗਏ ਈ ਮਨ ਨੂੰ ਤਾਂ ਯੋ ਖਬਰ ਸੁਣ ਤੇ ਬਾਦ ਬੜੀ ਹੈਰਾਨੀ ਹੋਈ ਵੀ ਬਾਹ ਬੰਦਿਆਂ ਦਾ ਕਿਆ ਬਣੇਗਾ ਜਿਹੜੇ ਕਹਿ ਰਹੇ ਤੇ ਕਹ ਹੈ ਕੈਪਟਨ ਤੋਂ ਇੱਕ ਹੋਵਾ ਈਬ ਕੈਪਟਨ ਜੇ ਇੱਕ ਹੋਵਾ ਫਿਰ ਨਵਜੋਤ ਸਿੰਘ ਸਿੱਧੂ ਦੂਸਰਾ ਕਿੱਥੇ ਤੇ ਆ ਗਿਆ ਮੈਨੂੰ ਯੋ ਸਮਝਵਾ ਨਹੀਂ ਆਤੀ ਹੈ ਹਰ ਸਹਿਮਤੀ ਬਣ ਗਈ ਕੈਪਟਨ ਸਾਹਿਬ ਸਿੱਧੂ ਸਾਹਿਬ ਨੂੰ ਇੱਕੋ ਜ਼ਿੰਮੇਵਾਰੀ ਕਹ ਕਿਆ ਦੇ ਸਕਾਂ ਈਬ ਪਤਾ ਨਹੀਂ ਸਿੱਧੂ ਵਾਪਸ 100 ਮੈਂ ਜਾਵੇਗਾ ਜਿੱਥਾ ਕਾਪਲ ਸਰਮਾ ਵੀ ਘਰਾਂ ਬੈਠਿਆ ਬੰਦ ਹੋ ਗਿਆ ਉਸਕਾ ਵੀ 100 ਹਰ ਲੋਕ ਜਾਗੇ ਵੀਰ ਇਹ ਲੋਕ ਇਨਕੀ ਗੱਲਾਂ ਮੰਨਣ ਵਾਲੇ ਹੈ ਨਹੀਂ ਜਿਤਨਾ ਮਰਜੀ ਉਹ ਕਹਿ ਲੈ ਚਾਰ ਸਾਲ ਤੇ ਜਨਤਾ ਇੰਤਜ਼ਾਰ ਕਰ ਰਹੀ ਪਰ ਯੋ ਬੋਲਿਆ ਨਹੀਂ ਆ ਰਿਬ ਬੋਲੀ ਯੋ ਜਨਤਾ ਨਹੀਂ ਸੁਣਦੀ ਉਹ ਹੋ ਜਾਏਗਾ ਕੰਮ ਆ ਰੁਦਰ ਕਾਜ ਕਿ ਆ ਜਿੰਮੇਵਾਰੀ ਮਿਲੇਗੀ ਕਿ ਆ ਜਿੰਮੇਵਾਰੀ ਮਿਲੇਗੀ ਮੰਨੂ ਨਿਉ ਲੱਗ ਰਿਹਾ ਵੀ ਬਿਜਲੀ ਗਿਆ ਤਾਰਾ ਸਾਫ ਕਰਨੇ ਦੀ ਜਿੰਮੇਵਾਰੀ ਮਿਲੇਗੀ ਕਿ ਉਹ ਬਹੁਤ ਸਲਾਹਾਂ ਦੇ ਰਿਹਾ ਵੀ ਇਸ ਨੂੰ ਰੱਦ ਕਰ ਦਿਓ ਉਸ ਨੂੰ ਇਤਰਾ ਕਰ ਲਿਓ ਆਰ ਵੀਰ ਯੋ ਕਰੋ ਇਹ ਬਾਕੀ ਉਹ ਕੱਲ ਵੀ ਗੱਲ ਮੰਨਣ ਮਾ ਆ ਨਹੀਂ ਰਹੀ ਮੇਰੇ ਬਾਕੀ ਸੂਕਰ ਇਸ ਬਾਤ ਦਾ ਵੀ ਚਲੋ ਇਨ ਦਾ ਕਲੇਸ਼ ਮੁੱਕ ਗਿਆ ਹਰ ਸਿੱਧੂ ਨਾਲ ਤੋਂ ਵਾਹ ਬਣੇ ਜਵਾਕ ਵਾਲੀ ਬਾਤ ਵੀ ਜਿਸ ਜਵਾਕ ਨੂੰ ਚੂਪੇਗਾ ਲਾਲਚ ਦੇਗਾ ਗੱਲ ਮਨਾ ਲਈ ਇਹੋ ਕੰਮ ਹੋ ਗਿਆ ਹਰ ਉਧਰ 4 ਸਾਲ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨੀਂਦ ਖੁੱਲੀ ਆਰ ਇਹ ਹੋਏਗੀ ਕਹੇ ਅਕਾਲੀ ਦਲ ਹਰ ਭਾਜਪੀ ਦੀ ਸਰਕਾਰ ਬਲੇ ਕਰਾਰਾਂ ਕੇ ਖਿਲਾਫ ਕਾਰਵਾਈ ਇਹ ਬਾਤ ਨਿਕਲਕਾਰੀ 4 ਸਾਲ ਬਾਅਦ ਹਰ ਵੀਰ ਜਨਤਾ ਕਾ ਹੀਵ ਜਾਗੀ ਲੀਡਰ ਜੇ ਜਾਗ ਗੇ ਈਵ ਲੀਡਰ ਜਾਗ ਗੇ ਜਨਤਾ ਜਾਗੀ ਈਵ ਲੀਡਰਾਂ ਕੀ ਨਾਨੀ ਚ ਇੱਤੇ ਕਰਾ ਦੇਂਗੀ ਕਿਉਂਕਿ ਬੜੇ ਪਿੰਡਾਂ માં ਮਤੇ ਪੈਗੇ ਹਨ ਬਾਹ ਕਹਰੇ ਕਾ ਕਿਸੇ ਲੀਡਰ ਨੂੰ ਪਿੰਡ ਬਾ ਵੜ ਨਹੀਂ ਦੇਣਾ ਕਾ ਜਿਹੜੇ ਪਿੰਡ માં ਆਏ ਵੋਟਾਂ ਮੰਗਲ ਹਾ ਡਾਂਗ ਲੇਗਾ ਪੈ ਜੋ ਮਗਰ ਯੋ ਕੰਮ ਹੋ ਗਿਆ ਵੀਰ ਈਵ ਲਗੇਗਾ ਪਤਾ ਜਿਹੜਾ ਜਾਏਗਾ ਉੱਥਾ ਵੀਰ ਪਿਆਰ ਜਿਤਾਣ ਅਗਲੇ ਨੇ ਜਦੇ ਟਾ ਲੈਣਾ ਗੈਰ ਕੀ ਗੱਲ ਆਰ ਜਨਤਾ ਜਾਗ ਗਈ ਵੀਰ ਆਰ ਪਹਿਲਾਂ ਵੀ ਰੋਲਾ ਪਾਇਆ ਤਾਂ ਯੋ ਕੈਪਟਨ ਮਰੀਂਦਰ ਸਿੰਘ ਨੇ ਜਾਦੀਓ ਸਰਕਾਰ ਬਣਾਣੀ ਦੀ ਕਹੇ ਆਪਾਂ ਯੋ ਕਾਲੀਆਂ ਕੇ ਕਰਾਰ ਰੱਦ ਕਰਾਂਗੇ ਰੱਦ ਕਰਾਂਗੇ ਬਸ ਦੇਖ ਲਿਓ ਸਾਬਣ ਕੀ ਝੱਗ ਕੀ ਤਰ੍ਹਾਂ ਤਾਲਾ ਬੈਠ ਗਏ ਫੇਰ ਹਿਲੇ ਨਹੀਂ ਮੁੜ ਕੇ ਆਰ ਪੁਰਾਣੀ ਕਹਾਵਤ ਕਹ ਰਾਜੇ ਕੇ ਘਰ ਦੇਰ ਅੰਧੇਰਨੀ ਪਿੰਡ ਸੜਨ ਤੇ ਬਾਅਦ ਫਾਈਬਰ ਗੇਟ ਭੇਜਦਾ ਵੀ ਜਾ ਕਾ ਗਬਜਾਇਓ ਯੋ ਬਾਤ ਇਹ ਪੰਜਾਬ ਕੇ ਸਿਆਸਤਮਾ ਦੇਖਣ ਨੂੰ ਮਿਲ ਰਹੀ ਔਰ ਉਧਰ ਵੀਰਾਂ ਜਿੱਥਾ ਮੂੜ ਐਸਟੀਐਫ ਕਾ ਚਾਰਜ ਸੰਭਾਲੇਗਾ ਹਰਪ੍ਰੀਤ ਸਿੱਧੂ ਇਸ ਕੀ ਡਿਊਟੀ ਰਾਜ ਨੇ ਫੇਰ ਲਾਤੀ ਕਈ ਮਹੀਨਿਆਂ ਕੀ ਐਕਸ ਲੀਵਿੰਗ ਇੰਡੀਆ ਪਾਪੜਾਈ ਔਰ ਵਿਦੇਸ਼ ਗਏ ਵੇ ਤੇ ਉਹ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਔਰ ਜਲਦੀ ਦੁਆਰਾ ਨਸੇ ਕੇ ਖਿਲਾਫ ਬਣੀ ਹੋਈ ਜਿਹੜੀ ਯੋ ਐਸਟੀਐਫ ਕਾ ਚਾਰ ਸੰਭਾਲੇਗੇ ਮਾਤਲਬ ਇਹ ਕਹ ਲੋ ਇਹ ਜਿਹੜੇ ਨਸਾਂ ਨੂੰ ਸਭ ਵੇਚਾਂ ਇਹੋ ਛੋੜੀ ਛੋੜੀ ਮੱਛੀਆਂ ਇਹ ਫੇਰ ਜਾਲ ਲਾ ਕੇ ਫੜ ਲਣੀਆਂ ਨਾ ਨੇ ਆ ਲਾਲਾ ਲਾਲਾ ਕਰਾ ਦੇਣੀ ਉਰਾ ਫੜਿਆ 10 ਕਿਲੋ ਉਰਾ ਫੜਿਆ 5 ਕਿਲੋ ਉਰਾ ਫੜਿਆ 2 ਕਿਲੋ ਇਹ ਕੰਮ ਹੋ ਜਾਏਗਾ ਆਰ ਇਹ ਕਹ ਲੋ ਵੀਰ ਐਸਟੀਐਫ ਦਾ ਚਾਰ ਸੰਭਾਲ ਲ लेंगे ਬਾ ਇਹ ਕਹ ਲੋ ਵੀ ਏ ਡੀ ਜੀਪੀ ਹਰਪ੍ਰੀਤ ਸਿੰਘ ਸਿੱਧੂ 1 ਦਸੰਬਰ 2020 ਤੇ 9 ਜੁਲਾਈ 2021 ਤੱਕ ਛੁੱਟੀਆਂ ਲੈ ਕੇ ਆ ਚਲੇਗੇ ਤੇ ਆ ਰੀ ਉਹਨਕੇ ਬਾਪ ਸਾਣੇ ਦੀ ਸੰਭਾਵਨਾ 10 ਹੁਰਾ ਕੈਪਟਨ ਅਮਰਿੰਦਰ ਸਿੰਘ ਨਸੇਗਾ ਲੱਕਪਨੜੇ ਦੀ ਬਾਤ ਕਰ ਰਹੇ ਤੇ ਯਾਰ ਸਿੱਧੂ ਸਾਹਿਬ ਛੁੱਟੀਆਂ ਮਨਾਣ ਗਏ ਵੇ ਤੇ ਹੈ ਗ੍ਰਹਿ ਵਿਭਾਗ ਨੇ ਐਸਟੀਐਫ ਕਾ ਬਾਧੂ ਚਾਰਜ ਜਿਹੜਾ ਯੋ ਬੀ ਚੰਦਰ ਸੇਖਰ ਨੂੰ ਰਿਲੀਫ ਕਰ ਤੇ ਆ ਇਹ ਪਤਨੀ ਇਸ ਨੂੰ ਛੁੱਟੀਆਂ ਪੇਕਿਆ ਯੋ ਹੋ ਸਕਾ ਵੀ ਛੁੱਟੀਆਂ ਕਾਰਮੀ ਬਹੁਤ ਪੈਰੀ ਕਿ ਆਪ ਤੱਕ ਗਏ ਹੋਵੇ ਬਾਹਰ ਠੰਡੇ ਮੌਲਕ ਮਾ ਘੇੜਾ ਗੂੜਾ ਲਾਣ ਆਰ ਇਸ ਕਾਰ ਕਾ ਕਾਇਬ ਸੂਤਰਨ ਦੱਸਿਆ ਵੀ ਰਾਜਾ ਕਹਿ ਰਿਹਾ ਕਾ ਨਵੀਂ ਨੁਕਤੀ ਆਰ ਮੁੱਖ ਮੰਤਰੀ ਡਰੱਗ ਕੇ ਖਿਲਾਫ ਬੜੀ ਮੂਹਮ ਚਲਾਉਣੇ ਦੀ ਬਾਤ ਕਰ ਰਿਹਾ ਆਰ ਯੋ ਹਰਪ੍ਰੀਤ ਸਿੱਧੂ ਬੀਚੰਦਰ ਸੇਖਰ ਕੀ ਜਗ੍ਹਾ ਲਵੇਗਾ ਇਹ ਦੇਖੋ ਇਸ ਕੇ ਵਿੱਚ ਮਾ ਕੀਆ ਰਿਜ਼ਲਟ ਨਿਕਲ ਕਾ ਆਵੇਗਾ ਪਰ ਇਸ ਦੇ ਬਾਅਦ ਆਪਾਂ ਅਗਲੀ ਗੱਲ ਬਾਤ ਕਰਾਂਗੇ ਸੰਗਰੂਰ ਕਾ ਪਿੰਡ ਭੁੱਲਰ ਢੇੜੀ ਉਰਾ ਲੋਕਾਂ ਨੇ ਮਤਾ ਨਹੀਂ ਕਾ ਇੱਕ ਬੜਾ ਮਤਾ ਲਿਖ ਕੇ ਪਾਦਿਆ ਕਾ ਕੋਈ ਨਹੀਂ ਸਿਆਸੀ ਲੀਡਰ ਮਾਰੇ ਪਿੰਡ ਵਾਂ ਭੜ ਸਕਦਾ ਆਰ ਗੁਰਦੁਆਰੇ ਮੈਂ ਬਕਾਇਦਾ ਇਸਕੀ ਅਨਾਉਂਸਮੈਂਟ ਕਰਾਤੀ ਕਹਾ ਵੀ ਉਹ ਅਨਾਉਂਸਮੈਂਟ ਸੁਣ ਲਿਓ ਸਾਰੇ ਕੰਨ ਖੋਲ ਕਾ ਇਸਕੇ ਉਪਰ ਗੱਲਬਾਤ ਕਰਾਂਗੇ ਆ ਟੈਲੀਫੋਨ 'ਪਾ ਵੀ ਗੱਲਬਾਤ થਰੇਗੇ ਰੂਵੇਗੀ ਆਰ ਇਸਕੇ ਵਿਚ ਮੈਂ ਆਪਾਂ ਪਹਿਲਾ ਇੱਕ ਲੇਲਾ ਛੋਟੀ ਜੀ ਬ੍ਰੇਕ ਬ੍ਰੇਕ ਤੇ ਬਾਅਦ ਲਗਾਤਾਰ ਕੰਟੀਨਿਊ ਖਬਰਾਂ ਥਾਰੇ ਗੱਲ ਇਤਨੇ ਚੱਲेंगे ਆਰ ਦਿੱਲੀ ਦੇ ਪੱਜ ਕਾ ਜਲੰਧਰ ਪਹੁੰਚਿਆ ਪ੍ਰੇਮੀ ਜੋੜਾ ਕੁੜੀ ਨੇ ਪਰਿਵਾਰ ਨੇ ਇਹ ਪ੍ਰੇਮੀ ਗੱਲ ਕਿਹਾ ਕਰ ਇਸ ਕੇ ਉਪਰ ਵੀ ਗੱਲਬਾਤ થਾਰੇ ਗੱਲ ਅੱਜ ਮੈਂ ਸੋਕੇ ਵਿੱਚ ਕਰਾਂਗਾ ਪਰ ਇਸ ਤੋਂ ਪਹਿਲਾਂ ਆਪਾਂ ਲਿਆਂ ਇੱਕ ਛੋਟਾ ਜਿਹਾ ਬ੍ਰੇਕ